ਉੱਥੇ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਵਰਕਰਾਂ ਦੇ ਨਾਲ ਮੀਟਿੰਗ ਕਰਨ ਪਹੁੰਚੇ ਪੰਜਾਬ ਵਿਰੋਧੀ ਧਿਰ ਦੇ ਨੇਤਾ ਅਤੇ ਆਪ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਕਿ ਇਹੋ ਜਿਹੇ ਵਰਕਰ ਸਿਰਫ ਆਪਣੇ ਫਾਇਦੇ ਕਰਕੇ ਪਾਰਟੀ ਦੇ ਵਿੱਚ ਆਉਂਦੇ ਨੇ ਅਤੇ ਮੌਕਾ ਦੇਖਦੇ ਹੀ ਭੱਜ ਜਾਂਦੇ ਨੇ। ਗੁਰਦੁਆਰਾ ਘੱਲੂਘਾਰਾ ਸਾਹਿਬ ਵਿਵਾਦ ਦੇ ਵਿੱਚ ਇਹਨਾਂ ਨੇ ਅਕਾਲੀ ਆਗੂਆਂ ਦੇ ਨਾਲ ਸਟੇਜ ਸਾਂਝੀ ਕੀਤੀ ਸੀ, ਇਸ ਕਰਕੇ ਪਾਰਟੀ ਇਹਨਾਂ ਦੇ ਨਾਲ ਨਾਰਾਜ਼ ਸੀ ਅਤੇ ਕਵਲਪ੍ਰੀਤ ਸਿੰਘ ਕਾਕੀ ਦੇ ਕੋਲੋਂ ਮਾਝਾ ਜ਼ੋਨ ਦੇ ਪ੍ਰਧਾਨ ਦਾ ਅਹੁਦਾ ਖੋਲ੍ਹਿਆ ਗਿਆ ਸੀ। ਇਸ ਲਈ ਇਹਨਾਂ ਨੇ ਪਾਰਟੀ ਨੂੰ ਅਸਤੀਫਾ ਦਿੱਤਾ। ਇਸ ਦੇ ਜਾਣ ਦੇ ਨਾਲ ਪਾਰਟੀ ਨੂੰ ਕੋਈ ਵੀ ਫਰਕ ਨਹੀਂ ਪਵੇਗਾ। ਪੋਲੀਟੀਕਲ ਸਿਸਟਮ ਦੇ ਵਿੱਚ ਕੁਛ ਲੋਕ ਆ ਰਹੇ ਨੇ, ਕੁਛ ਲੋਕ ਚਲੇ ਜਾਂਦੇ ਨੇ, ਇਹ ਛਾਨਣਾ ਲੱਗ ਰਿਹਾ। ਸਗੋਂ ਜਿਹੜੇ ਵੀ ਕੋਈ ਓਪਰਚੁਨਿਸਟ ਟਾਈਪ ਆਦਮੀ ਸੀਗੇ ਜਿਨ੍ਹਾਂ ਦਾ ਨਾਮ ਤੁਸੀਂ ਅੱਜ ਜ਼ਿਕਰ ਕਰ ਰਹੇ ਹਾਂ, ਅਸਲ 'ਚ ਕਹਾਣੀ ਹੋਈ ਸੀਗੀ ਕਿ ਜਦੋਂ ਪਿੱਛੇ ਤੁਹਾਡੇ ਇੱਥੇ ਗੁਰਦੁਆਰਾ ਸਾਹਿਬ ਦਾ ਝਗੜਾ ਪਿਆ ਸੀਗਾ ਔਰ ਇੱਕ ਦਿਨ ਇਸ ਨੇ ਬਿਕਰਮ ਮਜੀਠੀਏ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਵਿੱਚ ਸਟੇਜ ਸਾਂਝੀ ਕੀਤੀ ਸੀਗੀ। ਉੱਦਣ ਭਗਵੰਤ ਸਿੰਘ ਮਾਨ ਨੇ ਅਤੇ ਮੈਂ ਇਸ ਗੱਲ ਦਾ ਅਸੀਂ ਬਹੁਤ ਬੁਰਾ ਮਨਾਇਆ ਸੀਗਾ ਕਿਉਂਕਿ ਸਾਡੇ ਲਈ ਕਾਂਗਰਸ ਅਤੇ ਅਕਾਲੀ ਦਲ ਭਾਜਪਾ ਬਰਾਬਰ ਦੀਆਂ ਦੋਸ਼ੀ ਅਤੇ ਭ੍ਰਿਸ਼ਟ ਪਾਰਟੀਆਂ ਨੇ। ਉੱਦਣ ਹੀ ਅਸੀਂ ਇਹਨਾਂ ਨੂੰ ਤਾੜ ਦਿੱਤਾ ਸੀਗਾ ਔਰ ਇਹਨਾਂ ਦੇ ਅਧਿਕਾਰ ਜਿਹੜੇ ਸੀਗੇ ਬਤੌਰ ਮਾਝਾ ਦੇ ਜ਼ੋਨ ਦੇ ਪ੍ਰਧਾਨ ਦਾ ਉਹ ਸਾਰੇ ਅਧਿਕਾਰ ਵਾਪਸ ਲੈ ਲਏ ਸੀਗੇ। ਸੋ ਇਸ ਲਈ ਉਹਨਾਂ ਨੂੰ ਮਹਿਸੂਸ ਤਾਂ ਹੋ ਗਿਆ ਸੀਗਾ ਕਿ ਅਸੀਂ ਜਿਹੜੀ ਓਪਰਚੁਨਿਜ਼ਮ ਦੀ ਪੋਲੀਟਿਕਸ ਕਰ ਰਹੇ ਹਾਂ ਉਹ ਸਾਡੀ ਹੁਣ ਇੱਥੇ ਆਮ ਆਦਮੀ ਵਿੱਚ ਚੱਲਣੀ ਨਹੀਂ ਗੀ। ਇਸ ਤਰ੍ਹਾਂ ਦੇ ਕਿਸੇ ਦੇ ਜਾਣ ਨਾਲ ਕੋਈ ਪਾਰਟੀ ਦੇ ਪ੍ਰੋਸਪੈਕਟਸ ਨੂੰ ਪੰਜਾਬ ਪੱਧਰ 'ਤੇ ਇਸ ਇਲੈਕਸ਼ਨ ਵਿੱਚ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਾ। ਇਹ ਉਹ ਲੋਕ ਨੇ ਜਿਹੜੇ ਮਹਿਜ਼ ਇਲੈਕਸ਼ਨਾਂ ਲੜਨ ਲਈ ਆਏ ਸੀਗੇ, ਅੱਛੀ ਗੱਲ ਹੈ ਕਿ ਉਹ ਟਾਈਮ ਸਿਰ ਹੀ ਵਾਪਸ ਚਲੇ ਗਏ, ਉਸੇ ਘਰ ਚਲੇ ਗਏ, ਕੋਈ ਫਰਕ ਨਹੀਂ ਪੈਂਦਾ ਜੀ, ਨਥਿੰਗ ਐਟ ਆਲ। ਅਸੀਂ ਚੰਦ ਦਿਨਾਂ ਬਾਅਦ ਸਾਡੇ ਕੋਲ ਇੱਕ ਬਹੁਤ ਵੱਡਾ ਗਰੁੱਪ ਜਿਹੜਾ ਹੈ ਇੱਕ ਅਸੈਂਬਲੀ ਸੀਟ 'ਤੇ ਪੂਰਾ ਉਹ ਸਾਡੇ ਸ਼ਮੂਲੀਅਤ ਕਰ ਰਿਹਾ ਵਾ। ਇਸ ਲਈ ਜਿਹੜੇ ਲੋਕ ਇਹ ਆਏ, ਇਹਦਾ ਮਤਲਬ ਹੈ ਆਪਾਂ ਸਿਰਫ ਇਲੈਕਸ਼ਨ ਲੜਨ ਆਏ ਸੀਗੇ, ਜਿੱਤ ਗਏ ਤਾਂ ਠੀਕ ਆ, ਨਹੀਂ ਜਿੱਤੇ ਤਾਂ ਅਸੀਂ ਵਾਪਸ ਚਲ ਜਾਵਾਂਗੇ। ਇਹ ਅਕਾਲੀ ਦਲ ਇੱਕ ਕਰਪਟ ਬੰਦਿਆਂ ਦੀ ਪਾਰਟੀ, ਇੱਕ ਜਿਨ੍ਹਾਂ 'ਤੇ ਡਰੱਗਸ ਦਾ ਇਲਜ਼ਾਮ ਲੱਗਦਾ ਉਹਨਾਂ ਦੀ ਪਾਰਟੀ ਵਿੱਚ ਜਾ ਕੇ ਇਹਨਾਂ ਨੂੰ ਇਹ ਕੀ ਮਿਲ, ਉਹਨਾਂ ਨੇ ਇਹ ਉੱਥੇ ਕੀ ਕਰ ਲੈਣਗੇ ਇਹੀ ਦੱਸ ਸਕਦੇ ਨੇ। ਸਾਡਾ ਜਿਹੜਾ ਮੇਜਰ ਜਨਰਲ ਹੈ ਇੱਕ ਐਕਸ ਫੌਜੀ ਆ, ਬੇਦਾਗ ਆਦਮੀ ਆ, ਪੜ੍ਹਿਆ ਲਿਖਿਆ ਆਦਮੀ ਆ, ਉਸ ਨੂੰ ਗਲਤ ਨਹੀਂ ਕਰਾਰ ਦੇ ਸਕਦਾ ਕੋਈ ਵੀ। ਔਰ ਦੂਸਰਾ ਕਿ ਪਾਰਟੀ ਨੇ ਬਕਾਇਦਾ ਤੌਰ 'ਤੇ ਸਾਰੇ ਗੁਰਦਾਸਪੁਰ ਦੇ ਜ਼ਮੀਨ ਤੋਂ ਆਵਾਜ਼ ਸੁਣ ਕੇ ਔਰ ਪਾਰਟੀ ਦੀ ਪੰਜਾਬ ਯੂਨਿਟ ਅਤੇ ਅਰਵਿੰਦ ਕੇਜਰੀਵਾਲ ਨਾਲ ਮਸ਼ਵਰਾ ਕਰਕੇ ਉਮੀਦਵਾਰ ਇਹ ਸਿਰਫ ਬਹਾਨਾ ਬਣਾ ਰਹੇ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ, KTV।